ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਤਿਉਂ ਤਿਉਂ ਸੱਤਾਧਾਰੀ ਤੇ ਬੀਜੇਪੀ ਸਰਗਰਮ ਹੁੰਦੀ ਜਾ ਰਹੀ ਹੈ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਭਾਈਵਾਲ ਇਸੇ ਬੀਜੇਪੀ ਦੀ ਅਹਿਮ ਬੈਠਕ ਵਿੱਚ ਚੰਡੀਗੜ੍ਹ ਵਿੱਚ ਹੋਈ, ਜਿਸ ਦੌਰਾਨ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਪੰਜਾਬ ਬੀਜੇਪੀ ਪ੍ਰਧਾਨ ਸ਼ਵੇਤ ਮਲਿਕ ਵੀ ਮੌਜੂਦ ਰਹੇ। ਇਸ ਮੌਕੇ ਬੀਜੇਪੀ ਆਗੂਆਂ ਨੇ ਕਿਹਾ ਕਿ ਬੀਜੇਪੀ ਜਨ ਜਾਗ੍ਰਿਤ ਮੁਹਿੰਮ ਤਹਿਤ 5 ਜ਼ਿਲ੍ਹਿਆਂ ਵਿੱਚ ਪੈਦਲ ਯਾਤਰਾ ਕਰਕੇ ਲੋਕਾਂ ਨੂੰ ਕੈਪਟਨ ਸਰਕਾਰ ਦੀਆਂ ਕਮੀਆਂ ਤੋਂ ਜਾਣੂ ਕਰਾਏਗੀ। ਇਸ ਮੌਕੇ ਵਿਜੇ ਸਾਂਪਲਾ ਨੇ ਕੈਪਟਨ ਸਰਕਾਰ ਤੇ ਤਾਂਝ ਕੱਸਿਆ ਕਿ ਕੈਪਟਨ ਸਾਹਿਬ ਨੇ ਜਿਸ ਤਰ੍ਹਾਂ ਮੀਂਹ ਦੇ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ, ਉਸ ਤੋਂ ਸਾਬਿਤ ਹੁੰਦਾ ਹੈ ਕਿ ਉਹਨਾਂ ਦੀ ਸਰਕਾਰ ਵੀ ਹਵਾ ਵਿੱਚ ਹੀ ਚੱਲ ਰਹੀ ਹੈ। ਵੈਸੇ ਹਾਲੇ ਤੱਕ ਦਾ ਤਜਰਬਾ ਇਹ ਰਿਹਾ ਹੈ ਕਿ ਮੁੱਖ ਮੰਤਰੀ ਜੀ ਨੇ ਬਹੁਤ ਸਾਰੇ ਹਵਾਈ ਪਹਿਲਾਂ ਵੀ ਦੌਰੇ ਕੀਤੇ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਮਾਈਨਿੰਗ ਦੀ ਜਿਹੜੀ ਗੱਲ ਕਰਦੇ ਉਹ ਵੀ ਆਪਾਂ ਦੇਖਿਆ ਸੀ ਕਿ ਉਹਨਾਂ ਨੂੰ ਉੱਪਰੋਂ ਹਵਾ 'ਚੋਂ ਨਜ਼ਰ ਆਇਆ ਸੀ ਔਰ ਉੱਪਰੋਂ ਹੀ ਉਹਨਾਂ ਨੇ ਬੈਠ ਕੇ ਕੁਛ ਡਿਸੀਜਨ ਵੀ ਲਏ ਸੀ, ਪਰ ਹਾਲੇ ਤੱਕ ਧਰਾਤਲ 'ਤੇ ਉਹਦੇ 'ਤੇ ਕੁਛ ਨਹੀਂ ਆਇਆ। ਸੋ ਜਦੋਂ ਕੁਛ ਧਰਾਤਲ 'ਤੇ ਆਏਗਾ ਉਦੋਂ ਗੱਲ ਕਰਾਂਗੇ, ਹਾਲੇ ਤੱਕ ਤਾਂ ਹਵਾ ਦੇ ਵਿੱਚ ਤਾਂ ਉਹਨਾਂ ਨੇ ਬਹੁਤ ਪਿਛਲੇ 1.5 ਸਾਲ ਗੁਜ਼ਾਰ ਦਿੱਤਾ।